चंगी सेहत लई साइकिल चलाउणा बहुत ही फायदेमंद हुंदा है। कोरोना महामारी दौरान साइकिल चलाउण दा रुझान भी बहुत वध गया है ते लोकां ने साइकिल ते हाईवे जाणा शुरू कर दिता है। पर बीते दिन पटियाला हाईवे ते इक तेज रफ्तार कार ने साइकलिंग कर रहे दो लोकां नूं कुचल दिता सी, जिस विचों इक दी मौके ते ही मौत हो गई सी। उस तो बाद जलंधर ट्रैफिक पुलिस ने वड्डा फैसला लैंदे होए हाईवे ते साइकिल चलाउण ते पाबंदी लगा दित्ती है। इस संबंधी डीसीपी ट्रैफिक नरेश डोगरा ने दस्सिया कि यह फैसला कमिश्नर ऑफ पुलिस गुरप्रीत सिंह भुल्लर दे निर्देशां तों बाद लिया गया है। उधर साइकिलिंग करन वालियां ने जलंधर ट्रैफिक पुलिस दे इस फैसले दा स्वागत किया है ते कहा कि वह इस दी पालना करनगे। ਇਹ ਅਸੀਂ ਜਿਹੜੇ ਯੰਗ ਮੁੰਡੇ ਬੱਚੇ ਚਲਾ ਰਹੇ ਛੋਟੇ ਛੋਟੇ ਚਲਾ ਰਹੇ, ਕੋਈ 10 ਸਾਲ ਦਾ ਚਲਾ ਰਿਹਾ, ਕੋਈ 12 ਸਾਲ ਦਾ ਚਲਾ, 13 ਸੇ ਹਾਈਵੇ ਤੇ ਉਹਨਾਂ ਨੂੰ ਚੜ੍ਹਨ ਲੱਗੇ ਪਤਾ ਨਹੀਂ ਲੱਗਦਾ ਬੱਚਿਆਂ ਨੂੰ। ਇਸ ਕਰਕੇ ਹੈ ਜਿਹੜੇ ਸਾਡੇ ਐਸਪੀ ਸਾਹਿਬ ਨੇ ਇਹਨਾਂ ਨੇ ਕੱਲ ਵੀ ਅੱਜ ਵੀ ਉਹਨਾਂ ਨੂੰ ਬੱਚਿਆਂ ਨੂੰ ਰੋਕ ਕੇ ਸਮਝਾਇਆ ਆ ਕਿ ਹਾਈਵੇ ਤੇ ਨਹੀਂ ਤੁਸੀਂ ਸਾਈਕਲ ਚਲਾਉਣਾ, ਹਾਈਵੇ ਤੇ ਨਹੀਂ ਚਲਾਉਣਾ, ਕਿਉਂਕਿ ਜਿਹੜਾ ਪਟਿਆਲੇ ਹੈਪਨਿੰਗ ਹੋਈ ਆ ਉਹਦੇ ਕਰਕੇ ਅਸੀਂ ਚਾਹੁੰਦੇ ਬੱਚੇ ਜਿਹੜੇ ਆਪਣੇ ਕੇਅਰਫੁਲੀ ਰਹਿਣ, ਸ਼ਹਿਰ ਦੇ ਵਿੱਚ ਗਰਾਊਂਡ ਦੇ ਵਿੱਚ ਜਾਂ ਸਾਈਡਾਂ ਦੇ ਉੱਤੇ ਜਿਹੜਾ ਆਪਣਾ ਸਾਈਕਲ ਚਲਾ ਲੈਣ, ਜਿਹੜਾ ਹਾਈਵੇ ਆ, ਕਿਉਂਕਿ ਬਾਹਰੋਂ ਗੱਡੀਆਂ ਹੈਵੀ ਆਉਂਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਸਾਈਡ ਮਾਰ ਕੇ ਤਾਂ ਅੱਜ ਨੁਕਸਾਨ ਹੋ ਜਾਂਦਾ। ਇਸ ਕਰਕੇ ਅਸੀਂ ਰਿਕੁਐਸਟ ਕਰਦੇ ਹਾਂ ਜਿਹੜਾ ਸ਼ਹਿਰ ਵਾਸੀਆਂ ਨੂੰ ਵੀ ਤਾਂ ਬੱਚਿਆਂ ਨੂੰ ਵੀ ਜਿਹੜਾ ਸਾਈਕਲ ਚਲਾਉਣਾ ਹੈਗਾ ਆ ਉਹ ਗਰਾਊਂਡ 'ਚ ਜਾਂ ਕਿਤੇ ਖੁੱਲ੍ਹੀ ਜਗ੍ਹਾ ਚਲਾਉਣ, ਨਾ ਹਾਈਵੇ 'ਤੇ ਚਲਾਉਣ। ਮੇਰਾ ਨਾਮ ਕਰਨ ਹੈ ਜੀ। ਹੁਣ ਚਲੋ ਹੁਣ ਸਰਕਾਰ ਨੇ ਬੈਨ ਕਰ ਹੀ ਦਿੱਤੀ ਹੈ ਤਾਂ ਹੁਣ ਸਰਕਾਰ ਅੱਗੇ ਕਿਸੇ ਦੀ ਚੱਲ ਤਾਂ ਸਕਦੀ ਨਹੀਂ, ਬਟ ਜੋ ਵੀ ਹੁਣ ਹਦਾਇਤਾਂ ਉਹਨਾਂ ਨੇ ਦਿੱਤੀਆਂ ਕਿ ਹਾਂ ਵੀ ਇਸ ਚੀਜ਼ ਨੂੰ ਲਾਗੂ ਕੀਤਾ, ਅਸੀਂ ਉਹਨਾਂ ਦੀ ਪਾਲਣਾ ਕਰਾਂਗੇ। ਬਾਕੀ ਜੋ ਵੀ ਕੱਲ੍ਹ ਪਟਿਆਲੇ ਵਿੱਚ ਹੋਇਆ ਇੰਸੀਡੈਂਟ ਹੋਇਆ, ਟ੍ਰੈਜਡੀ ਹੋਈ ਹੈ, ਬਹੁਤ ਦੁੱਖਦਾਇਕ ਘਟਨਾ ਸੀਗੀ ਉਹ। ਅਸੀਂ ਉਹਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਵੀ ਮਤਲਬ ਸਾਨੂੰ ਵੀ ਸਾਡੀ ਮਤਲਬ ਲਾਈਫ ਪਿਆਰੀ ਆ, ਅਸੀਂ ਵੀ ਮਤਲਬ ਇਸ ਚੀਜ਼ ਨੂੰ ਕਰਾਂਗੇ ਹਾਂਜੀ ਫੋਲੋ ਕਿ ਅਸੀਂ ਹਾਈਵੇ 'ਤੇ ਨਾ ਜਾ ਸਕੀਏ, ਅਸੀਂ ਆਪਣੇ ਪਲੇ ਗਰਾਊਂਡ 'ਤੇ ਜਾਂ ਅਸੀਂ ਆਪਣੇ ਘਰ ਦੇ ਲਾਗੇ ਮਤਲਬ ਘਰ ਦੇ ਖੋਲ੍ਹ ਕੇ ਅਤੇ ਗਰਾਊਂਡ ਵਗੈਰਾ ਹੋ ਗਈ ਜਾਂ ਕੋਈ ਘਰ ਦੇ ਲਾਗੇ ਕਿਤੇ ਸੜਕਾਂ ਹੋ ਗਈਆਂ, ਅਸੀਂ ਉਹਨਾਂ 'ਤੇ ਮਤਲਬ ਸਾਈਕਲਿੰਗ ਕਰ ਲਾਂਗੇ। ਬਟ ਅਸੀਂ ਚਲੋ ਜੇ ਸਰਕਾਰ ਨੇ ਕਹਿ ਹੀ ਦਿੱਤਾ ਹਾਈਵੇ 'ਤੇ ਜਾਣਾ ਬੈਨ ਹੈ ਅਤੇ ਅਸੀਂ ਉਸ ਚੀਜ਼ ਨੂੰ ਫੋਲੋ ਕਰਾਂਗੇ, ਅਸੀਂ ਹਾਈਵੇ 'ਤੇ ਨਹੀਂ ਜਾ ਸਕਦੇ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। अजीत वेब टीवी ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।